इसलिए मेरी 200 200 रुपये दिता जाऊगा भी जो सनी मेरे छिंगा मार देना पहली बार देते भी 200 रुपये दिता जाऊगा सनी ना भी खेचो प्यारी मुंडे अभी मेरे खबे अपना खिलाड़ी है और जो पिछले खबे ने मैं दसे भी कह खबे अपने खिलाड़ियों ने जी दुनिया ने चाहिए ना ਪਿਆਰ ਪਰ ਪਿਆਰ ਪ੍ਰਾਪਤ ਕਰ ਲਈ ਮਿੱਤਰਾਂ ਵੀ 200 ਰੁਪਏ ਆਪਣਾ ਜਾਦਾ ਪ੍ਰਾਪਤ ਕਰ ਲਈ ਇੱਧਰ ਗੁਲਜ਼ਾਰ ਭਾਜੀਆਂ ਵੀ ਜਿੰਨਾ ਬੋਲੇ ਮੇਰੇ ਬੰਦੇ ਮਾਨ ਸਨਮਾਨ ਖਿਡਾਰੀਆਂ ਦੇ ਕੀਤੇ ਜਾ ਰਿਹਾ ਤੇਰਾ 200 ਰੁਪਏ ਮਿੱਤਰਾਂ ਤੂੰ ਤੇ ਕਰ ਦਿੱਤਾ ਜਾਦਾ ਆ ਜ਼ਰੂਰ ਲਾ ਗਈ ਲਾਉ ਸਾਹਮਣੇ ਚੇਤਨ ਦੀ ਬਾਲ ਤੇ ਸਾਡੀ ਫੇਰ ਸਾਹਮਣੇ ਕਰੇਗਾ ਤਾਂ ਦੂਸਰੀ ਬਾਲ ਇਸ ਵੇਲੇ ਅੱਜ ਖੱਬਿਆਂ ਨੇ ਕਹਿੰਦੇ ਝੜੀ ਲਾਤੀ ਛੱਡਿਆ ਵੀ ਮੈਨੂੰ ਲੱਗਦਾ ਵੀ ਦੋ ਤਿੰਨ ਟੱਪੇ ਦੇ ਛੇ ਖੱਬਿਆਂ ਨੇ ਗਵਾਈ ਦਿੱਤੇ ਹੋਣੇ ਆ ਜਿਹੜਾ ਛੱਕਾ ਉਹਦਾ ਗਵਾਂਢੀਆਂ ਦੇ ਮੇਰੇ ਵੀ ਜਿਹੜਾ ਛੱਕਾ ਉਹਦਾ ਗਵਾਂਢ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਲਾਉ ਚੇਤਨ ਦੀ ਬਾਲ ਤੇ ਸਦੀ ਦੇ ਸਾਹਮਣੇ ਕਰਨਾ ਲਾ ਵੀ ਚੇਤਨ ਤੇ ਸਦੀ ਸਦੀ ਦੇ ਚੇਤਨ ਚੇਤਨ ਤੇ ਸਦੀ ਸਦੀ ਦੇ ਚੇਤਨ ਤੇ ਸਦੀ 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 ਇਸਮਾਇਲ ਜੀ ਵੱਲੋਂ ਕਹਿੰਦੇ 100 ਦਿੱਤਾ ਜਾਣਾ ਜੀ ਇਸਮਾਇਲ ਜੀ ਕਹਿੰਦੇ ਸਨੀ ਛੱਡਾ ਆਉਣਾ ਇਸਮਾਇਲ ਜੀ ਇਸ ਵੇਲੇ ਸਾਹਮਣੇ ਮੈਨੂੰ ਲੱਗਦਾ ਵਿਸ਼ਾਲ ਆ ਗਿਆ ਵਿਸ਼ਾਲ ਦੇ ਸਾਹਮਣੇ ਕਹਿੰਦਾ ਵਿਸ਼ਾਲ ਆ ਮੇਰੇ ਵੀਰੇ ਐਨ ਉੱਪਰੋਂ ਥੱਲੇ ਵਿੱਚ ਕਾਲਾ ਕਾਲਾ ਬਣਿਆ ਫਿਰਦਾ ਵੀ ਕਾਲੇ ਕੱਪੜੇ ਪਾਏ ਨੇ ਉਹਨਾਂ ਤੈਨੂੰ ਲੋਕਾਂ ਦਾ ਜਿਹੜੇ ਆਪਣੇ ਬਣਾ ਦੇ ਇਹ ਖੇਡ ਦੇ ਬਲਾਕ ਵਿੱਚ ਪੈਂਦੀ ਬਾਲ ਤੇ ਸਾਹਮਣੇ ਵਿਸ਼ਾਲ ਹਾਜ਼ਰ ਹੁੰਦਾ ਬਾਲ 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 ਇੱਕ ਬਾਤੂ ਬਾਤੂ ਬਾਲ ਟੁੱਟ ਗਈ ਹੈ ਬਾਤੂ ਬਾਲ ਟੁੱਟ ਗਈ ਹੈ ਅੱਜ ਦਾ ਕਹਿੰਦੇ ਆ ਨਾ ਫੜੀਆ ਨਾਗ ਬੜਾ ਫਿਰਦਾ ਅੱਜ ਦਾ ਨਾਗ ਬੜਾ ਫਿਰਦਾ ਮੇਰੇ ਵੀਰੇ ਉਧਰ ਜਸ਼ਨੇ ਵਾਲੇ ਸਾਡੇ ਭਰਾ ਕਹਿੰਦੇ ਨੂਰ ਵਾਲੇ ਆ ਗਏ ਵੱਡਾ ਧੰਨਵਾਦ ਭਰਾਵਾਂ ਨੇ ਕਹਿੰਦੇ ਹਰ ਸਾਲ ਕਹਿੰਦੇ ਟੂਰਨਾਮੈਂਟ ਕਰਾਉਂਦੇ ਆ ਤੇ ਕਹਿੰਦੇ ਕੇਰ ਆਉਣ ਵਾਲੇ ਦਿਨਾਂ ਵਿੱਚ ਇੱਕ ਅੰਡਰ ਦਾ ਵਧੀਆ ਵੱਡਾ ਮੇਲਾ ਕਰਾ ਜਾਣਾ ਐਨ ਕਹਿੰਦੇ ਖੁਸ਼ਰ ਮਾਨ ਸਾਡੇ ਵੀਰ ਜਿੱਦਗੀ ਦੇ ਬੜੇ ਪਿਆਰੇ ਵੀਰ ਆ ਔਰ ਕਹਿੰਦੇ ਖੇਡ ਮੈਦਾਨਾਂ ਵਿੱਚ ਅੱਜ ਆਏ ਆ ਵਿਸ਼ੇਸ਼ ਤੌਰ ਤੇ ਖਾਲਸ ਵਾਲੇ ਆਪਣੇ ਨਗਰ ਦਾ ਟੂਰਨਾਮੈਂਟ ਆ ਆਪਣੇ ਪਿੰਡ ਦਾ ਟੂਰਨਾਮੈਂਟ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਪੈਂਦੀਆਂ ਬਾਲਾਂ ਤੇ ਚੇਤਨ ਨੇ ਵਾਪਸੀ ਕੀਤੀ ਆ ਲਾ ਵੀ ਚੇਤਨ ਦੁੱਲੇ ਬਾਰਾਂ ਦਾ ਕੁਝ ਨਹੀਂ ਵਿਗੜਿਆ ਜੇ ਕਿਤੇ ਸਿੱਧੀ ਆਊਟ ਹੋ ਜਾਂਦਾ ਨਾ ਤੈਨੂੰ ਵੀ ਪਤਾ ਵੀ ਕਿੱਥੇ ਕਿੱਥੇ ਗੱਲ ਆ ਜਾਣੀ ਸੀ ਪਰ ਇਹਨਾਂ ਬੋਰਡ ਦਾ ਬੜਾ ਵਿਸ਼ਾਲ ਆ ਸਾਹਮਣੇ ਵਿਸ਼ਾਲ ਸਾਹਮਣਾ ਲਾਓ ਸਾਹਮਣੇ ਮੇਰੇ ਖੇਡ ਦੇ ਮੈਦਾਨ ਵਿੱਚ ਸੋਹਣੀ ਬਾਲ ਦੇ ਨਾਲ ਓਵਰ ਦੀ ਸਮਾਪਤੀ ਵੀ ਦੱਸੀਏ ਰਨ ਕਿੱਥੇ ਮੁੱਕੇ ਆ ਕਿੱਥੇ ਕਿੱਥੇ ਮੁੱਕੇ ਆ ਛੋਟੇ ਲੱਗਣ ਸੀ ਲਾਓ ਪਰ ਹਾਲੇ ਵੀ ਕੁਝ ਵਿਗੜਾ ਨੀ ਲਾਓ ਸਾਹਮਣੇ ਕਿਹਨੇ ਬੋਲ ਕਰਨੀ ਕੋਈ ਦੱਸੋ ਤੁਸੀਂ ਕ੍ਰਿਸ਼ਨ ਨੇ ਬੋਲ ਕਰਨੀ ਕ੍ਰਿਸ਼ਨ ਸਾਹਮਣੇ ਕ੍ਰਿਸ਼ਨ ਨੇ ਬੋਲਣਾ ਪਾਉਣੀਆਂ ਤੇ ਸਾਹਮਣੇ ਸਦੀ ਦੇ ਸਾਹਮਣਾ ਕਰਨਾ ਲਾਓ ਸਾਹਮਣੇ ਕ੍ਰਿਸ਼ਨ ਦੀ ਬਾਲ ਤੇ ਸਦੀ ਦੇ ਸਾਹਮਣੇ ਕਰਨਾ ਸੁਦਿਆਣੇ ਵਾਲੇ ਨੂੰ ਦੁਨੀਆ ਜਾਣਦੀ ਹੈ ਮਾਰਗ ਵਾਲੇ ਸਦੀ ਇਹਨਾਂ ਅੰਦਰੋਂ ਦਾ ਵੱਡਾ ਖਿਲਾੜੀ ਹੈ ਪਰ ਆਹ ਮੁੰਡਾ ਕਹਿੰਦੇ ਸਦੀ ਆ ਮੇਰੇ ਵੀਰੇ ਸੁਣ ਖੇਡ ਮੈਦਾਨ ਦੇ ਵਿੱਚ ਲਾਓ ਇੱਕ ਪਾਸੇ ਸ਼ੇਪੂਰੀ ਹੈ ਦੂਜੇ ਪਾਸੇ ਸੰਤੋਖ ਨਗਰ ਦੋਨੇ ਲਾਗੇ ਲਾਗੇ ਦੀਆਂ ਟੀਮਾਂ ਹੈ ਔਰ ਖੇਡ ਦੇ ਮੈਦਾਨਾਂ ਵਿੱਚ ਸ਼ੇਪੂਰੀ ਤੇ ਹੈਮੋਵਾਲ ਤੇ ਟੀਮਾਂ ਦੇ ਕਹਿੰਦੇ ਮੈਚ ਚੱਲ ਰਹੇ ਸਨ ਲਾਓ ਗੁਲਸ਼ਨ ਆ ਜਿਹੜੇ ਗੁਲਸ਼ਨ ਦਾ ਸਨਮਾਨ ਜਿਹੜਾ ਵਿਕਟ ਦੇ ਉੱਤੇ ਵੀਰ ਦਾ ਸੌਰ ਦਾ ਸਨਮਾਨ ਜਿਹੜਾ ਜਤਿਨ ਭਾਜੀ ਵੱਲੋਂ ਕਿਤੇ ਜਾ ਰਹੇ ਜਤਿਨ ਭਾਜੀ ਵੱਲੋਂ ਲਾਓ ਜੀ ਤਾੜੀ ਮਾਰਦੇ ਤਾੜੀ ਮਾਰਦੇ ਜਤਿਨ ਨੇ
ਗੁਰਸ਼ਰ ਦਾ ਸਨਮਾਨ ਤੇ ਜੰਦਰ ਭਾਜੀ ਬਾਟੇ ਭਾਜੀ ਲਾ ਵੀ ਅਜੇ ਨੇ ਵੀ ਵਧੀਆ ਬੰਦ ਕੀਤੇ ਭਾਜੀ ਅਜੇ ਦਾ ਸਨਮਾਨ ਵੀ ਮੈਂ ਜ਼ਰੂਰ ਕਰਦਾ ਅਜੇ ਨੇ ਵੀ ਵਧੀਆ ਵੇਲੇ ਛੇਤੀ ਲਾਇਆ ਪਿਛਲੇ ਮੈਚ ਦੇ ਵਿੱਚ ਸਨਮਾਨ ਜਿਹੜਾ ਦਾਲ ਦੀ ਨਾਲ ਕੀਤਾ ਜਾ ਰਿਹਾ ਇੱਕ ਵੱਡੀ ਮੁਬਾਰਕਬਾਦ ਹੈ ਬਾਟੀ ਭਾਜੀ ਜੰਦਰ ਭਾਜੀ ਜਿਹੜਾ ਗੁਰਸ਼ਰ ਦਾ ਸਨਮਾਨ ਸੌ ਦੇ ਨਾਲ ਤੇ ਨਾਲ ਜਿਹੜਾ ਸਨਮਾਨ ਹੈ ਅਜੇ ਦਾ ਭਾਜੀ ਉਹ 300 ਦੇ ਨਾਲ ਉਹ ਵੀ ਕੀਤਾ ਜਾ ਰਿਹਾ ਸਨਮਾਨ ਜਿਹੜਾ ਵੱਡਾ ਉਹ ਕੈਮਰੇ ਦੀ ਵਿੱਚ ਸੁਨਹਿਰੀ ਪਲ ਯਾਦ ਹੋ ਰਿਹਾ ਇਸ ਵੇਲੇ ਪਾਕਿਸਤਾਨੀ ਬਾਲਾਂ ਦੇ ਸਾਹਮਣੇ ਸਾਡੀ ਟਰਾਈ ਕਰਦਾ ਮੇਰੇ ਵੀਰੋ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਸੋਹਣੀ ਬਾਲ ਜਿਹੜੀ ਵੱਡਾ ਬਾਲ ਕ੍ਰਿਸ਼ਨ ਆ ਕ੍ਰਿਸ਼ਨ ਲੈ ਵੀ ਦਿੱਤਾ ਦੋਨੇ ਜਗ੍ਹਾ ਦਾ ਕੁਝ ਨਹੀਂ ਵਿਗੜਿਆ ਤੂੰ ਰੋਕ ਸਕਦਾ ਤੂੰ ਰੋਕ ਸਕਦਾ ਤੂੰ ਬੋਲਾਂ ਪਾ ਕੇ ਰੋਕ ਸਕਦਾ ਰੋਕਣਾ ਤੇ ਪੈਣਾ ਪੈਣਾ ਤੂੰ ਰੋਕਣਾ ਤੇ ਪੈਣਾ ਮਿੱਤਰਾ ਰੋਕਣਾ ਤੇ ਪੈਣਾ ਖਿੱਚਵਾ ਤਿਆਰੀ ਮੁੰਡਿਆ ਤਿਆਰੀ ਖਿੱਚਣੀ ਪੈਣੀ ਹੈ ਤਿਆਰੀ ਖਿੱਚਣੀ ਪੈਣੀ ਹੈ ਤਿਆਰੀ ਖਿੱਚਣੀ ਪੈਣੀ ਹੈ ਪਰ ਤਿਆਰੀ ਮੈਨੂੰ ਲੱਗਦਾ ਸਦੀ ਨੇ ਖਿੱਚਣੀ ਹੈ ਤਿਆਰੀ ਤਿਆਰੀ ਤਾਂ ਸਦੀ ਨੇ ਰੱਖੀ ਹੈ ਤੂੰ ਤਿਆਰੀ ਵੀ ਸਦੀ ਨੇ ਰੱਖੀ ਹੈ ਲਾਓ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਸਦੀ ਅਦਰ ਵੀ ਸਦੀ 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 ਛੱਕੇ ਦੇ ਛੱਕਾ ਛੱਕੇ ਦੇ ਛੱਕਾ ਠਾ ਛੱਕਾ ਛੱਕੇ ਦੇ ਛੱਕਾ ਠਾ ਛੱਕਾ ਆਹ ਮੁੰਡਾ ਕਿਹਨੇ ਮਾਰਦਾ ਮੇਰੇ ਵੀਰੇ ਲਾ ਵੀ ਕ੍ਰਿਸ਼ਨ ਵਧੀਆ ਬੋਲਾਂ ਮੁੰਡੇ ਸਿੱਧੀਆਂ ਬਾਰੇ ਸੋਹਣੇ ਬਾਏ ਨੌਜਵਾਨਾਂ ਜੇ ਕਿਤੇ ਵੀ ਵਿਕਟ ਆ ਗਈ ਨਾ ਫੇਰ ਮੈਚ ਬਣ ਜਾਣਾ ਫੇਰ ਮੈਚ ਬਣਿਆ ਮੈਂ ਤਾਂ ਦੱਸਿਆ ਵੀ ਜੇ ਕਿਤੇ ਵੀ ਵਿਕਟ ਆ ਗਈ ਨਾ ਨੌਜਵਾਨਾਂ ਫੇਰ ਵਿਕਟ ਆਉਣਾ ਮਿੱਤਰਾ ਇੱਕ ਲੱਗੀ ਉੱਥੇ ਇੱਕ ਧਿਆਨ ਆ ਇੱਕ ਤੋਂ ਬੁਰੇ ਨਾਲ ਫਿਰ ਉਹਨੇ ਸਿੱਧੀ ਉਮਰ ਖੜੀ ਕਰ ਦਿੱਤੀ ਨੌ ਵਾਲੀ ਧਿਆਨ ਰੱਖੀ ਔਰ ਇਸ ਵੇਲੇ ਪੈਂਦੀ ਲਾਓ ਸਾਹਮਣੇ ਖੇਡ ਦੇ ਮੈਦਾਨ ਚ ਇੱਕ ਰੰਗ ਵੱਧ ਹੋਣਗੇ ਜੀ ਇੱਕ ਰੰਗ ਵੱਧ ਸਦੀ ਨੇ ਦੱਸ ਦਿੰਦੇ ਆ ਪਰ ਜਿਹੜੇ ਹਿਸਾਬ ਨਾਲ ਸਦੀ ਨੇ ਬਾਲਿੰਗ ਕੀਤੀ ਨਾ ਅੱਗੇ ਐਨ ਕਿੱਤ ਖੁਸ਼ ਕਰ ਦਿੱਤਾ ਲਾ ਵੀ ਕ੍ਰਿਸ਼ਨ ਵਾਲੀਆਂ ਬੋਲਾਂ ਸਿੱਧੀਆਂ ਸੋਹਣੀਆਂ ਬਾਰੇ ਬੰਦਿਆ ਵਿਸ਼ਾਲ ਤੂੰ ਸਵੇਰ ਦਾ ਖੜਾ ਸਵੇਰ ਦਾ ਖੜਾ ਮੇਰੇ ਬੰਦ ਦੇ ਕੁੜੀ ਰੰਗ ਨਹੀਂ ਆਇਆ ਉਸ ਬਾਅਦ ਦੋ ਬਾਲ ਜਿਹੜੀ ਅੰਬਾ ਨੇ ਵਿਸ਼ਾਲੇ ਬਾਲਡ ਵਾਲਾ ਬਾਲਡ ਦੋ ਬਾਲ ਦੋ ਬਾਈ ਦੋ ਆ ਨੋ ਵਾਲਾ ਦੋ ਵਾਲਾ ਅੰਬਾ ਨੇ ਵਿਸ਼ਾਲੇ ਲੱਗ ਅੰਬਾ ਦੇ ਵਿਸ਼ਾਲੇ ਠੀਕ ਆ ਜੀ ਲੱਗ ਅੰਬਾ ਦੇ ਵਿਸ਼ਾਲੇ ਨੋ ਵਾਲਾ ਦੋ ਵਾਲਾ ਉਹਦੇ ਬੋਲਾਂ ਸੋਹਣੀਆਂ ਪਾ ਦਿੱਤੀਆਂ ਉਹਦੇ ਰਹਿੰਦੀਆਂ ਬੋਲਾਂ ਸੋਹਣੀਆਂ ਪਾ ਦਿੱਤੀਆਂ ਤੇ ਰਹਿੰਦੀਆਂ ਬੋਲਾਂ ਜਿਹੜੀਆਂ ਸੋਹਣੀਆਂ ਪਾ ਦਿੱਤੀਆਂ ਔਰ ਚੱਲਦੇ ਮੈਚ ਵਿੱਚ 2 ਓਵਰ ਤੇ 28 ਹੋ ਗਿਆ ਮਿੱਤਰਾ 2 ਓਵਰ ਤੇ 28 ਰਨ ਹੋ ਗਿਆ ਨੋਟ ਕਰ ਲੈਣ ਦੋਨੇ ਟੀਮਾਂ ਤੇ 2 ਓਵਰ ਤੇ 28 ਰਨ ਹੋ ਗਿਆ ਨੌਜਵਾਨਾਂ ਤੇ 2 ਓਵਰ ਦੀ ਸਮਾਪਤੀ 28 ਰਨ ਆ ਗਏ ਭਾਈ ਜਿਹੜੇ ਬਾਹਰ ਬੋਲਾਂ ਗਈਆਂ ਨਾ ਪ੍ਰਬੰਧਕ ਵੀਰੋ ਨੂੰ ਬੇਨਤੀ ਆ ਮੰਗਾ ਲਈਏ ਸਾਡਾ ਵੀਰ ਆ ਪਿੰਪਣ ਚਾਹਲ ਉਹ ਵੀ ਆ ਚੁੱਕਾ ਹੈ ਔਰ ਭਰਾ ਸਾਡਾ ਜ਼ਿੰਦਗੀ ਦੀਆਂ ਯਾਰੀਆਂ ਬੜੀਆਂ ਦੀ ਤੋਂ ਕਦੇ ਜੱਸੀਆਂ ਵਾਲਾ ਸਾਡਾ ਵੀਰ ਬੰਦੇ ਹੋਣਾ ਦੇ ਨਾਲ ਲਵਲੀ ਹੋਣਾ ਦੇ ਨਾਲ ਬੱਲਾ ਤੋਂ ਚੇਤਨ ਨੂੰ ਫੇਰ ਕਰਨਾ ਔਰ ਸਾਡਾ ਵੀਰ ਆ ਪਿੰਪਣ ਚਾਹਲ ਜਿਹਨਾਂ ਦੀ ਬਦੌਲਤ ਅੱਜ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਤੁਹਾਡੇ ਸਾਹਮਣੇ ਮਿਲਿਆ ਔਰ ਖੇਡ ਦੇ ਮੈਦਾਨ ਵਿੱਚ ਚੇਤਨ ਦੀ ਰਾਸ ਹੋਵੇਗੀ ਔਰ ਇਸ ਵੇਲੇ ਖੇਡ ਦੇ ਸਾਹਮਣੇ ਵਿਸ਼ਾਲ ਆ ਮੇਰੇ ਵੀ ਮੇਰੇ ਸੀਤੋ ਵਾਲੇ ਵਿਸ਼ਾਲ ਦੇ ਕਰਕੇ ਹੁੰਦੇ ਆ ਪਰ ਆਹ ਮੁੰਡਾ ਕਹਿੰਦੇ ਵਿਸ਼ਾਲ ਇਸ ਵੇਲੇ ਆਪਣੀ ਟੀਮ ਲਈ ਉੱਤਰ ਦਿਖਾ ਦੇ ਬਸ ਅਗਲਾ ਮੈਚ ਸਾਡਾ ਹੀ ਆ ਆਪ ਮੈਂ ਸਵੇਰ ਦਾ ਖੜਿਆ ਸੀ ਸੰਤੋਖ ਨਗਰ ਦਾ ਏਰੀਆ ਜੀ ਸ਼ੇਪੁਰੀ ਦਾ ਜਿਹੜੇ ਮੁੰਡੇ ਕਹਿੰਦੇ ਸਾਹਮਣੇ ਖੇਡਦੇ ਪਏ ਨਾ ਸ਼ੇਪੁਰੀ ਦਾ ਏਰੀਆ ਵੀ ਲੱਗੀ ਹੋਈ ਫੋਨ ਵੜ ਲਿਆ ਮੇਰਾ ਕਹਿੰਦੇ ਕਾਫੀ ਨਗਰ ਦੇ ਨੇੜੇ ਵਸਿਆ ਹੋਇਆ ਏਰੀਆ ਤੇ ਜਿੱਥੋਂ ਕਹਿੰਦੇ ਮੁੰਡੇ ਚੱਲ ਕੇ ਆਇਆ ਸ਼ੇਪੁਰੀ ਦੀ ਧਰਤੀ ਆ ਔਰ ਕਹਿੰਦੇ ਸੋਡੀ ਸਾਹਮਣੇ ਬੰਦੇ ਪਿਆਰ ਵਿੱਚ ਤੋਂ ਨਹੀਂ ਬਾਹਰ ਤੇ ਪੱਟੀ ਮਾਰ ਦੇ ਸਾਹਮਣੇ ਬਣਾ ਉਹ ਪਰ ਦੇ ਸ਼ਰੇ ਦੀ ਬਾਹਰ ਵਾਲਾ ਬਾਹਰ ਵਾਲਾ ਵੀ ਨੌਜਵਾਨਾਂ ਬੱਜਣਾ ਤੇ ਸਿੱਧ ਤੇ ਬਾਜ ਪਾਸੋਂ ਬੱਜਣ ਦਾ ਫਾਇਦਾ ਕੋਈ ਨਹੀਂ ਵੀ ਚੌਕਾ ਛੱਕਾ ਜੇ ਮੁੰਡਾ ਮਾਰ ਦੇਣਾ 100 ਰੁਪਏ ਇਸਮਾਇਲ ਜੀ ਵੱਲੋਂ ਪਤਾ ਜਾਣਾ ਇਸਮਾਇਲ ਜੀ ਕਹਿੰਦੇ ਆ ਵੀ ਜੇ ਛੱਕਾ ਮਾਰਦਾ ਮੁੰਡੇ ਸਦੀ ਵੀ 100 ਰੁਪਏ ਹੋਏਗਾ ਮਿੱਤਰ 100 ਦਾ ਛੱਕਾ ਛੱਕਾ 100 ਰੁਪਏ ਦਾ ਛੱਕਾ 100 ਰੁਪਏ ਜ਼ਰੂਰ ਮਾਰਨਾ ਫੇਰ ਜ਼ਰੂਰ ਮਾਰਨਾ
ਤੁਹਾਡੀ ਸ਼ਕਲ ਲਗਾਤਾਰ ਤੁਹਾਡੀ ਸ਼ਕਲ ਲਗਾਤਾਰ ਤੁਹਾਡੀ ਸ਼ਕਲ ਲਗਾਤਾਰ ਮਾਰ ਪਿਆ ਤੁਹਾਡੀ ਸ਼ਕਲ ਲਗਾਤਾਰ ਤੁਹਾਡੀ ਸ਼ਕਲ ਲਗਾਤਾਰ ਮਾਰੀ ਮਾਰੀ ਛੇ ਛੱਕੇ ਲਗਾਤਾਰ ਆਈ ਛੇ ਛੱਕੇ ਲਗਾਤਾਰ ਛੇ ਛੱਕੇ ਲਗਾਤਾਰ ਅਭੀ ਕੋਈ ਬੱਲਾ ਖੜਾ ਕਰਦੀ ਮਿੱਤਰਾਂ ਸਾਰਾ ਵੇਲੇ ਬੱਲਾ ਖੜਾ ਕਰਦੀ ਕੋਈ ਬੱਲਾ ਖੜਾ ਕਰਦੀ ਮਿੱਤਰਾਂ ਧੰਨਵਾਦ ਹੈ ਜੀ ਪ੍ਰੀਤੀ ਮਾਰਾ ਜੀ ਹਾਂਜੀ ਵੀਰੇ ਦੋਸਤੋ ਤੁਹਾਡੇ ਵੱਲ ਬੱਲਾ ਕਿੰਨੇ ਰਹਿ ਗਈ ਇੱਕ ਬੋਲ ਜੀ ਇੱਕ ਬੋਲ ਇੱਕ ਬੋਲ ਜੀ ਇੱਕ ਬੋਲ ਜੀ ਇੱਕ ਬੋਲ ਜੀ ਇੱਕ ਬੋਲ ਜੀ ਪਹਾੜ ਜਿੱਦਾਂ ਖੜਾ ਹੋਇਆ ਪਿੱਛੇ ਤੇਰਾ ਲਾਣਾ
ਪਰ ਹਾਰਦੇ ਨਹੀਂ ਹੁੰਦੇ ਕਦੇ ਮਾਰਦਾ ਦਲੇਰ ਤੁਸੀਂ ਹੌਸਲੇ ਬਣਾ ਕੇ ਸਦਾ ਬੰਬ ਰੱਖੋ ਵੀ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖੋ ਵੀ ਜਾਰੀ ਜੰਗ ਰੱਖੋ ਇਹ ਗੱਲਾਂ ਬਾਈ ਜੀ ਸੱਚੀਆਂ ਨੇ ਔਰ ਖੇਡ ਦੇ ਬਾਬਾ ਮੈਨੂੰ ਲੱਗਦਾ ਨੱਬਾ ਵੀ ਅੱਗੇ ਸੱਦੇ ਵਾਲੀ ਹੈ ਅੱਜ ਯਾਰਾਂ ਦੀ ਯਾਰੀਆਂ ਦਿਵਾਲੀ ਪੁੱਜਿਆ ਦਿੱਪਰ ਸਾਡਾ ਵੀਰੇ ਚਾਹੋ ਜੱਸੀਆਂ ਵਾਲਾ ਨਾਲ ਮੇਰੇ ਸਾਡੇ ਭਰਾਜ ਦੀਪਕ ਬਾਈ ਹੁਣੀ ਪੁੱਜਿਆ ਬੰਗੇ ਹੁਣੀ ਪੁੱਜਿਆ ਉੱਧਰ ਪੈਂਦੀ ਹੋਈ ਬਾਲ ਤੇ ਪਹਿਲੀ ਬਾਲ ਸਭਾ ਦੇ ਵਿੱਚ ਖਿਡਾਰੀ ਪਿੱਛੇ ਆ ਇਸਮਾਇਲ ਭਾਈ ਜੀ ਜੀ ਹੈ ਵੀ ਜਿਹੜੀ ਕਹਿੰਦੇ ਖੇਡ ਬਾਲ ਖਿਡਾਰੀਆਂ ਦਾ ਜਿਹਨਾਂ ਨੇ ਵਧੀਆ ਪ੍ਰਦਰਸ਼ਨ ਦਿੱਤਾ ਲਾਓ ਜੀ ਵਿਕਟ ਜਿਹੜੀ ਸੌ ਦੀ ਹੋਣੀ ਹੈ ਇਸ ਵੇਲੇ ਪੈਂਤੀ ਹੋਈ ਬਾਲ ਭਾ ਭੱਲੇ 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 ਵਾਹ ਹੋਏ ਨੌਜਵਾਨ ਪਰ ਛੇ ਆ ਵੀਰੇ ਛੇ ਆ ਸਦੀ ਦੇ ਸੋਹਣੀ ਭਾਜੀ ਪੱਤੇ ਨੂੰ ਲੱਗਦੀ ਸੀ ਛੇ ਰਾਣਾ ਜੇ ਪੱਤੇ ਨੂੰ ਨਾ ਲੱਗਦੀ ਫਿਰ ਭਾਵੇਂ ਚਾਰ ਹੋ ਜਾਂਦੀ ਇੱਕ ਸੋਹਣੀ ਕੋਸ਼ਿਸ਼ ਸਦੀ ਨੇ ਕੀਤੀ ਹੈ ਪਰ ਸ਼ੇਰ ਆ ਇੱਧਰ ਅਭਿਸ਼ੇਕ ਨੇ ਜੋੜਦਾ ਲਾਜੇ ਅਭਿਸ਼ੇਕ ਤੂੰ ਮਾਰ ਸਕਦਾ ਉਹਨੇ ਮਾਰਿਆ ਤੂੰ ਵੀ ਮਾਰ ਸਕਦਾ ਮਿੱਤਰਾ ਉਹਨੇ ਮਾਰਿਆ ਤੂੰ ਵੀ ਮਾਰ ਸਕਦਾ ਇੱਧਰ ਪੈਂਦੀ ਸ਼ੁਰੂਆਤ ਤੇ ਉਹਨੇ ਨੇ ਸੋਹਣੀ ਕੋਸ਼ਿਸ਼ ਕੀਤੀ ਆ ਇੱਕ ਰਾਤੇ ਵਾਧੇ ਜਿਹੜੀ ਹੋਰ ਦੇ ਮਿੱਤਰਾ ਇੱਕ ਰਾਤੇ ਵੱਧ ਹੋਣਗੇ ਲਾਓ ਸਾਹਮਣੇ ਸੋਹਣੇ ਕ੍ਰਿਸ਼ਨ ਦੇ ਸਾਹਮਣੇ ਕਰਨਾ ਕ੍ਰਿਸ਼ਨ ਆ ਗਿਆ ਮੇਰੇ ਵੀਰੇ ਲਾਜੀ ਕ੍ਰਿਸ਼ਨ ਥੋਡਿਆਂ ਨੂੰ ਬੜੇ ਮਾਰਿਆ ਤੁਹਾਨੂੰ ਵੀ ਮਾਰਨੇ ਪੜੇ ਆ ਅੱਜ ਕੰਮ ਸਦੀ ਵਾਲਾ ਕਰਨਾ ਪੈਣਾ ਵੀ ਜਿਹੜਾ ਕੰਮ ਸਦੀ ਨੇ ਦਿੱਤਾ ਨਾ ਉਹ ਫਿਰ ਦੁਨੀਆਂ ਨੂੰ ਪਤਾ ਵੀ ਦੋ ਵਾਰੀ ਲਗਾਤਾਰ ਮੁੰਡੇ ਨੇ ਛੇ ਛੇ ਛੱਕੇ ਮਾਰ ਦਿੱਤੇ ਆ ਇੱਕ ਵੱਖਰਾ ਜਿਹਾ ਰਿਕਾਰਡ ਬਣਾ ਦਿੱਤਾ ਉਹਦੇ ਪੈਂਦੀਆਂ ਹੋਈਆਂ ਬਾਲਾਂ ਤੇ ਮੁੰਡਾ ਟਰਾਈ ਕਰਦਾ ਤੇ ਭਾਜੀ ਮਾਰ ਭੱਲੇ 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 ਤਾੜੀ ਮਾਰਦੇ ਇੱਕ ਵਾਰੀ ਮੁੰਡੇ ਨੇ ਸੋਹਣੀ ਕੋਸ਼ਿਸ਼ ਕੀਤੀ ਹੈ ਵਾਹ ਹੋਏ ਕ੍ਰਿਸ਼ਨ ਵਾਹ ਹੋਏ ਕ੍ਰਿਸ਼ਨ ਰੇਡੀਆਂ ਬਾਲਾਂ ਦੇ ਵਿੱਚ ਮੁੰਡੇ ਨੇ ਇੱਕ ਸੋਹਣੀ ਵਾਪਸੀ ਕੀਤੀ ਹੈ ਔਰ ਜਿਹੜੇ ਪਿੱਛਾ ਕਰਨਾ ਸ਼ੁਰੂ ਕੀਤਾ ਹੈ ਬਾਕੀ ਟਾਰਗੇਟ ਵੱਡਾ ਭਾਵੇਂ ਪਰ ਮੁੰਡਿਆਂ ਨੇ ਆਪਣੇ ਹੌਸਲੇ ਜਿਹੜੇ ਵੱਡੇ ਰੱਖੇ ਆ ਮੁੰਡਿਆਂ ਨੇ ਹੌਸਲੇ ਵੱਡੇ ਆ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਖੇਡ ਦੇ ਮੈਦਾਨ ਦੇ ਵਿੱਚ 6 ਰਨ ਬਣਾ ਦਿੱਤੇ ਚਲੋ ਸਾਹਿਬ ਉਧਰ ਖੇਡ ਦੇ ਮੈਦਾਨ ਵਿੱਚ ਪੈਂਦੀ ਫੁਗਾਲ ਤੇ ਖਿਡਾਰੀ ਪਿੱਛੇ ਹੈ ਲਾਭ ਸਾਹਮਣੇ ਕਿਤੇ ਇੱਕ ਤੋਂ ਦੂਜੇ ਦੀ ਮੰਗ ਕੀਤੀ ਹੈ ਦੋ ਰਨ ਬੜੀ ਆਸਾਨੀ ਦੇ ਨਾਲ ਮਾਇਆ ਬੜੀ ਹੋਣ ਗਈ ਦੋ ਰਨ ਬੜੀ ਆਸਾਨੀ ਦੇ ਨਾਲ ਮੁੰਡੇ ਦੇ ਭੱਜ ਦੇ ਪੂਰੇ ਕਰ ਲਿਆ ਔਰ ਦੋ ਰਨਾਂ ਦੀ ਵਾਧੇ ਕਰ ਲਿਆ ਵੀ ਰਾਜ ਨਾਲ ਖੇਤ ਤਿਆਰੀ ਮਿੱਤਰਾ ਇਸਮਾਇਲ ਬਾਈ ਨੇ ਤੇਰੇ ਤੇ ਵੱਡੇ ਮਾਰ ਕੀਤੇ ਆ 100 ਰੁਪਏ ਦੀ ਵਿਕਟ ਹੋਣੀ ਇਸਮਾਇਲ ਬਾਈ ਕਹਿੰਦੇ 100 ਦੇ ਜਾਏ ਵੀ ਜੇ ਤੂੰ ਵਿਕਟ ਕਰਦਾ ਮਿੱਤਰਾ 100 ਦੇ ਜਾਗੇ 100 ਦੀ ਵਿਕਟ ਪੰਜੀ ਬਾਲ ਦੇ ਉੱਤੇ ਵੱਡਾ ਸਾਹਮਣਾ ਕਰਦਾ ਮੇਰੇ ਵੀਰੋ ਮਿੱਤਰਾ ਤੇ 2, 3, 4 ਰਨ ਜਿਹੜੇ ਜ਼ਰੂਰ ਜ਼ਰੂਰ ਨਜ਼ਰ ਆਉਂਦੇ ਚਾਰ ਰਨ ਜਿਹੜੇ ਜ਼ਰੂਰ ਉੱਥੇ ਉੱਠਦੇ ਨਜ਼ਰ ਆਉਣਗੇ ਮੇਰੇ ਵੀਰੋ ਹੁਣ ਨੇ 4 ਰਨ ਆਪਣੀ ਟੀਮ ਲਈ ਅਸਲ ਤ੍ਰਿਸ਼ੇ ਤੇ ਜੋੜ ਦਿੱਤੇ ਆ ਦੱਸੀਏ ਜੀ ਬਾਈ ਜੀ ਕਿੰਨੀਆਂ ਬੋਲਾਂ ਬਾਕੀ ਹੈ ਓਵਰ ਦੀ ਸਮਾਪਤੀ ਤੇ ਦੱਸੀ ਬਾਈ ਜੀ ਰਨ ਕਿੱਥੇ ਆ ਕਿੰਨੇ ਰਨ ਆਗੇ ਓਵਰ ਦੀ ਸਮਾਪਤੀ ਅਮਿਤ ਭਾਜੀ ਉਹ ਕਹਿੰਦਾ ਜੇ ਅਭਿਸ਼ੇਕ ਛੱਗਾ ਮਾਰਦਾ 100 ਰੁਪਏ ਦਾ ਸਨਮਾਨ ਦੇ ਸੰਨੀ ਜੇ ਸੰਨੀ ਬਾਲ ਪਾਉਂਦਾ ਜੀ ਸੰਨੀ ਵੇਟ ਕਰਦਾ ਇਸਮਾਇਲ ਭਾਈ ਕਹਿੰਦੇ 100 ਹੋ ਜਾਂਦੇ ਮਿੱਤਰਾ ਤੇਰੇ ਛੱਕੇ ਤੇ ਸੌ ਆ ਅਮਿਤ ਭਾਜੀ ਵੱਲੋਂ ਜੇ ਫਿਕਰ ਕਰਦਾ ਇਸਮਾਇਲ ਭਾਈ ਵੱਲੋਂ 100 ਯੂਟਿਊਬ ਤੇ ਹੋ ਰਿਹਾ ਲਾਈਵ ਸੁਨੀਲ ਭਾਜੀ ਕਹਿੰਦੇ ਕਿ ਛੱਕਾ ਮੁੰਡਾ ਮਾਰੇਗਾ ਤੈਨੂੰ ਵੀ 100 ਅਮਿਤ ਭਾਜੀ ਤੇ ਸੁਨੀਲ ਸਰ ਉਹ ਕਹਿੰਦੇ ਵੀ ਜੇ ਛੱਕਾ ਮਾਰੂਗਾ ਅਭਿਸ਼ੇਕ ਤਾਂ 200 ਆ ਵੀ ਜੇ ਸਾਡੀ ਫਿਕਰ ਕਰਦੇ ਇਸਮਾਇਲ ਭਾਜੀ ਕਹਿੰਦੇ ਵੀ 100 ਰੁਪਏ ਮਿੱਤਰਾ ਲਾਓ ਜੀ ਭਾਵੇਂ ਬੋਲ ਪੈਂਦੇ ਭਾਵੇਂ ਛੱਕਾ ਵੱਜਦਾ ਵੀ ਮਾਨ ਸਨਮਾਨ ਦੋਨੇ ਪਾਸੇ ਹੋਣਾ ਦੋਨੇ ਪਾਸੇ ਸਨਮਾਨ ਹੋਣਾ ਬਾਈ ਮੁੰਡਾ ਖੇਤੋ ਤਿਆਰੀ ਖੇਤੋ ਮੁੰਡਾ ਤਿਆਰੀ ਖੇਤੋ ਤਿਆਰੀ 200 ਦਾ ਛੱਕਾ ਹੋ ਰਿਹਾ 100 ਦੀ ਵਿਕਟ ਹੋਣੀ ਹੈ ਹੌਸਲੇ ਪੁੱਟਦੇ ਪੂਰੇ ਬੁਲਾਤਾ ਹੌਸਲੇ ਪੂਰੇ ਬੁਲਾਤਾ
ਲਾਲ ਸਾਹਿਬ ਨੇ ਜੇ ਦੁਬਾਰਾ ਕਿਤੇ ਵਿਗੜ ਕਰਦਾ ਨਾ ਬੰਦਾ ਤਾਂ 100 ਰੁਪਏ ਇਸਮਾਇਲ ਜੀ ਨੇ ਸਾਡੇ ਕੋਲੋਂ ਦੇ ਦਿੱਤਾ ਜਾਣਾ, ਜੇ ਸਾਨੂੰ ਵਿਗੜ ਕਰਦਾ ਨਾ 100 ਰੁਪਏ ਇਸਮਾਇਲ ਭਾਜੀ ਵੱਲੋਂ ਦਿੱਤਾ ਜਾਣਾ। ਇੱਕ ਵੱਡਾ ਮਾਣ ਸਨਮਾਨ ਜਿਹੜੇ ਖਿਡਾਰੀਆਂ ਨੂੰ ਕਰ ਰਿਹਾ ਨਾ ਵੀਰ ਸਾਡੇ, ਅਤੇ ਵੱਡੇ ਧੰਨਵਾਦ ਵੱਡੀ ਮੁਬਾਰਕਬਾਦਾ ਜੀ, ਅੱਜ ਤੁਹਾਡਾ ਟੂਰਨਾਮੈਂਟ ਸਫਲ ਹੋ ਗਿਆ ਔਰ ਭਰਾਵਾਂ ਨੇ ਜਿਹੜਾ ਟੂਰਨਾਮੈਂਟ ਕਰਾ ਦਿੱਤਾ ਨਾ, ਔਰ ਕਹਿੰਦੇ ਮੀਤ ਮਲਿਕ ਦੀ ਯਾਦ ਨੂੰ ਸਮਰਪਿਤ ਟੂਰਨਾਮੈਂਟ ਕਰਵਾਇਆ, ਉਹ ਕਹਿੰਦੇ ਹਰ ਸਾਲ ਦਾ ਚੌਥਾ ਟੂਰਨਾਮੈਂਟ ਆ, ਅੱਜ ਉਹ ਸਫਲ ਹੁੰਦਾ ਨਜ਼ਰ ਆ ਰਿਹਾ, ਅੱਜ ਸਫਲ ਹੁੰਦਾ ਨਜ਼ਰ ਆ ਰਿਹਾ। ਲਓ ਸਾਹਿਬ ਨੇ ਫਿਰ ਵਧਾ ਕੇ ਛੱਕਾ 100 ਰੁਪਏ ਦਾ ਅਮਿਤ ਭਾਜੀ ਵੱਲੋਂ ਆ, ਛੱਕਾ 100 ਰੁਪਏ ਦਾ ਅਮਿਤ ਭਾਜੀ, 100 ਸੁਨੀਲ ਭਾਜੀ ਵੱਲੋਂ। ਲਓ ਜੀ 200 ਦਾ ਛੱਕਾ 100 ਦੀ ਵਿਕਟ, 200 ਦਾ ਛੱਕਾ 100 ਦੀ ਵਿਕਟ, 200 ਦਾ ਛੱਕਾ 100 ਦੀ ਵਿਕਟ, ਪਰ ਚਾਰ 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 ਦੇ ਹੁੰਗਣੇ, ਚਾਰ ਦੇ ਹੁੰਗਣੇ ਆ। ਉਹ ਕਹਿੰਦੇ ਮਿਹਨਤ ਵੀ ਕਮਾਈ ਆ, ਦੇਣੀ ਤਾਂ ਦੇਣੀ ਕਿੱਥੇ ਗੱਲ ਕਰਦੇ ਆ, ਵੀ ਦੇਣੀ ਤਾਂ ਦੇਣੀ, ਦੇਣੀ ਤਾਂ ਦੇਣੀ ਕਿੱਥੇ ਗੱਲ ਕਰਦੇ ਆ, ਵੀ ਪੈਸੇ ਦੇਣੇ ਤਾਂ ਕਿੱਥੇ ਗੱਲ ਕਰਦੇ ਆ। ਲਓ ਸਾਹਮਣੇ ਕਹਿੰਦੇ ਫੇਰ ਤੋਂ ਲੱਗ ਗਿਆ ਭਾਜੀ, ਫੇਰ ਤੋਂ ਫੇਰ ਦੋ। ਇੱਧਰ ਅਮਿਤ ਭਾਜੀ ਕਹਿੰਦੇ 100 ਲੱਗ ਗਿਆ ਛੱਕੇ ਦਾ, 100 ਦੇ ਵਿਕਟ ਆਊਟ ਤੇ 100 ਆ ਵੀ ਪੱਕਾ ਕਰਦਾ ਸਵਾਗ ਭਾਜੀ ਨੇ, ਕਹਿੰਦੇ ਆਊਟ ਕਰਦੇ ਮਿੱਤਰਾ 100 ਦੇ ਦੇਣਾ, ਕਿਹਨੂੰ ਆਊਟ ਕਰਦੇ 100 ਦੇ ਦੇਣਾ। ਇੱਧਰ ਅਮਿਤ ਭਾਜੀ ਕਹਿੰਦੇ ਛੱਕਾ ਮਾਰਦੇ 100 ਅਸੀਂ ਦੇਵਾਂਗੇ, ਪੂਰੇ ਓਵਰ ਚ ਸਿੱਧੀ ਆਊਟ ਕਰਦਾ ਨਾ ਤਾਂ ਵੀ 100 ਦੇ ਦੇਣਗੇ। ਇੱਧਰ ਅਮਿਤ ਭਾਜੀ ਕਹਿੰਦੇ ਛੱਕਾ ਮਾਰਦੇ ਤੀਕਰ 300 ਦੇ ਦੇਣਗੇ, ਛੱਕਾ ਮਾਰਦੇ 100, ਛੱਕਾ 100 ਦਾ ਖੜਾ। ਲਓ ਸਾਹਮਣੇ ਛੱਕਾ ਮਾਰ ਗਿਆ ਜੀ 100 ਦਾ, ਅਮਿਤ ਭਾਜੀ ਵੱਲੋਂ ਜਿਹੜਾ ਸਨਮਾਨ ਦਿੱਤਾ ਜਾਣਾ ਨੌਜਵਾਨ ਕ੍ਰਿਸ਼ਨ ਹੈ। ਲਾ ਵੀ ਕ੍ਰਿਸ਼ਨ ਖੇਡੋ ਤਿਆਰੀ ਮੁੰਡਿਆ, ਰੰਗ ਬਣਾ ਸਕਦਾ ਤੂੰ ਬਣਾ ਸਕਦਾ, ਹਾਲੇ ਵੀ ਦੁੱਲੇ ਤੇਰਾ ਨਾ ਕੁਝ ਨਹੀਂ ਵਿਗੜਿਆ, ਹਾਲੇ ਵੀ ਛੱਕੇ ਬਚ ਸਕਦੇ, ਬਚ ਸਕਦੇ, ਬਚ ਸਕਦੇ ਆ, 3 ਛੱਕੇ 4 ਛੱਕੇ ਬਚ ਗਏ ਆ, 12 ਛੱਕਿਆਂ ਦਾ ਖੇਡ ਹੋਰ ਬਾਕੀ ਹੈ, 12 ਛੱਕਿਆਂ ਦਾ ਖੇਡ ਜਿਹੜਾ ਹੋਰ ਬਾਕੀ ਹੈ। ਜੰਗ ਦਾ ਐਲਾਨ ਕਰ ਦਿੱਤਾ, ਜੰਗ ਦਾ ਐਲਾਨ ਕਰ ਦਿੱਤਾ ਕਿ ਭੱਜਦਾ ਵੀ ਇੱਕੋ ਦਿਸ਼ਾ ਬਾਹਰ ਮਿੱਤਰੋ, ਅੱਜ ਟੱਕਰੇ ਨੇ ਹਾਰੀਆਂ ਨੂੰ ਹਾਰ ਮਿੱਤਰੋ, ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਖੇਡ ਮੈਦਾਨ ਵਿੱਚ ਮੁੰਡਾ ਪਾਉਣ ਦੀ ਜਿਹੜਾ ਤਿਆਰ ਹੋ ਤਿਆਰ, ਭੱਜੀਆਂ ਬੋਲਾਂ ਤੇ ਖੇਡ ਮੈਦਾਨ ਬੱਲੇ 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 ਹਵਾ ਦੇ ਹਵਾ ਦੇ, ਲਾ ਵੀ ਸਦੀ ਹੱਲਾ ਹੱਲਾ ਗੁੱਲਾ ਕਰਦਾ ਬੜਾ ਇੱਕ ਹੱਲਾ ਗੁੱਲਾ, ਉਹ ਤਾੜੀ ਮਾਰਦੇ ਬਾਈ ਕੋਈ ਜੀ, ਵਾਹ ਹੋ ਨੌਜਵਾਨ ਤੂੰ ਪੱਕੀ ਤਿੱਤਰੀ ਕਮਾਨ ਤੋਂ ਨਿਕਲੀ, ਉੱਡਦੀ ਨੂੰ ਉੱਡਦੀ ਨੂੰ ਬਾਜ ਪੈ ਗਿਆ, ਤੂੰ ਪੱਕੀ ਤਿੱਤਰੀ ਕਮਾਨ ਤੋਂ ਨਿਕਲੀ, ਉੱਡਦੀ ਨੂੰ ਬਾਜ ਪੈ ਗਿਆ। ਮਾਮਾ ਸੁਦੀਕ ਨੇ ਆਪਣੇ ਕੀਤਾ ਦੀ ਗੱਲਾਂ ਕੀਤੀਆਂ ਔਰ ਖੇਡ ਦੇ ਮੈਦਾਨ ਤੋਂ ਬੰਦੀ ਵਿਗੜ ਦਾ ਪਾਤਾ ਨਾ। ਲਓ ਜੀ ਸਮਾਇਲ ਜੀ ਵੱਲੋਂ 100 ਦੇ ਮਾਣ ਸਨਮਾਨ ਸਦੀ ਨੂੰ ਜ਼ਰੂਰ ਕੀਤੇ ਜਾ ਰਹੇ ਆ। ਆਓ ਜੀ ਇੱਕ ਬਾਲ ਬਾਕੀ ਇਸ ਖੇਡ ਇਸ ਓਵਰ ਦੀ, ਅਗਲਾ ਬੱਲੇਬਾਜ਼ ਜਲਦੀ ਨਾ ਆ ਦਿਓ ਸੁਨੀਲ ਬਾਈ। ਸੁਨੀਲ ਜੀ ਲਾਓ ਸਾਹਮਣੇ ਅਭਿਸ਼ੇਕ ਦੇ ਸਾਹਮਣੇ ਖੜਾ, ਅਭਿਸ਼ੇਕ ਖਿੱਚੋ ਤਿਆਰੀ ਮੁੰਡਿਆ, ਪੈਂਦੀ ਬਾਲ ਦੇ ਉੱਤੇ ਸਾਹਮਣਾ ਮੁੰਡਾ ਕਰਨ ਲਈ ਤਿਆਰ ਬਣ ਗਿਆ ਇਸ ਵੇਲੇ, ਇੱਕ ਰੰਗ ਵੱਧ ਹੋਰ ਦੇ ਲਾਗੀ ਓਵਰ ਦੀ ਸਮਾਪਤੀ 37 ਹੈ ਵੀ 37 ਰੰਗਾ 37 ਰੰਗਾ 37 ਰੰਗਾ ਬੇਨਤੀ ਕਰਦਾ ਜੀ ਆਪਣੇ ਨੈਕਸਟ ਬੈਟਸਮੈਨ ਨੂੰ ਲਗਨ ਕਰ ਕੇ ਬੋਲ ਭੇਜ ਦੀਏ, ਬੈਟਿੰਗ ਟੀਮ ਦਾ ਇੱਕ ਬੈਟਸਮੈਨ ਜਿਹੜਾ ਅਗਲਾ ਬੈਟਸਮੈਨ ਜਿਹਨੇ ਬੈਟਿੰਗ ਕਰਨੀ ਹੈ ਨਾ ਉਹ ਲਗਨ ਦਾ ਟੁਕੜ ਪਹੁੰਚ ਜਾਵੇ, ਬੇਨਤੀ ਕਰਦਾ ਵੀਰੋ। ਬੋਲਰ ਦਾ ਨਾਮ ਮਿਲਣਾ ਵਿਸ਼ਾਲ ਆ ਗਿਆ, ਵਿਸ਼ਾਲ ਕਹਿੰਦੇ ਸੀਤੋ ਤੇ ਵਾਲੇ ਵਿਸ਼ਾਲ ਦੀਆਂ ਗੱਲਾਂ ਹੁੰਦੀਆਂ ਮੇਰੇ ਵੀਰੋ ਖੇਡ ਮੈਦਾਨਾਂ ਵਿੱਚ, ਆਹ ਵਿਸ਼ਾਲ ਸਾਹਮਣਾ ਕਹਿੰਦੇ ਬੋਲਾਂ ਪਾਉਣ ਲਈ ਤਿਆਰ ਵਰਤਿਆ ਰਹੇ, ਮੁੰਡਾ ਸ਼ੇਖਪੁਰੀ ਦਾ ਤੇਰੀ ਉਹ ਚੱਲ ਕੇ ਆਇਆ, ਮੁੰਡਾ ਸਾਹਮਣੇ ਹੰਬੂ ਬਾਲ ਦੀ ਧਰਤੀ ਦਾ ਅਭਿਸ਼ੇਕ ਸਾਹਮਣਾ ਕਰਕੇ 35 ਬਾਲ ਦੇ ਉੱਤੇ ਪਿੱਛੇ ਸਾਹਮਣੇ ਸਨੀ ਆ ਮੇਰੇ ਵੀਰੋ, ਉਹਨੇ ਸੋਹਣੀ ਫੀਲਡ ਕਰ ਦਿੱਤੀ ਤੇ ਕਰਾਉਂਦੇ ਵੱਧ ਹੋਣ ਤੇ। ਲਓ ਜੀ ਸੁਨੀਲ ਭਾਜੀ ਆਪ ਆਇਆ, ਅੱਜ ਆਪ ਨੂੰ ਕਹਿੰਦੇ ਆਪ ਨੂੰ ਕਰਨਾ ਪੈਣਾ, ਵੱਧ ਕਹਿੰਦੇ ਅੱਜ ਗੱਲਾਂ ਆਪ ਨੂੰ ਦੁਕਾਨ ਲਾਉਣੀ ਪੜੀ ਹੈ, ਇਸ ਵੇਲੇ ਖੇਡ ਦੇ ਮੈਦਾਨ ਵਿੱਚ ਸੁਨੀਲ ਭਾਈ ਸਾਹਮਣਾ ਕਰਨਗੇ। ਲਓ ਪੈਂਦੀ ਬਾਲ ਦੇ ਇੱਕ ਸੋਹਣੀ ਬਾਲ ਮੁੰਡੇ ਨੂੰ ਪਾ ਦਿੱਤੀ ਤੇ ਕਰਾਉਂਦੇ ਵੱਧ ਜਿਹੜੇ ਭੱਜ ਕੇ ਉਹ ਪਾਏ ਦੇ ਜੁੜ ਚੁੱਕੇ ਹੋਣ, ਵੇਲੇ ਪਾਏ ਦੇ ਕਰਾਉਂਦੇ ਵੱਧ ਜਿਹੜੇ ਜ਼ਰੂਰ ਹੋਣਗੇ, ਇੱਕ ਇੱਕ ਨਾਲ ਕੁਝ ਨਹੀਂ ਮੁੰਡੇ ਉੱਤੇ ਭਾਵੇਂ ਬੋਲਣਾ ਯਾਰ ਲੱਖ ਪੈਂਦੀ ਆ, ਪਰ ਕੱਲ੍ਹ ਛੱਕਿਆਂ ਦੇ ਮੁੱਕੜੀਆਂ ਨੌਜਵਾਨਾਂ ਛੱਕਿਆਂ ਦੇ ਮੁੱਕੜੀਆਂ, ਇਸ ਵੇਲੇ ਪੈਂਦੀ ਬਾਲ ਦੇ ਉੱਤੇ ਵਾਈਡ ਦੇ ਸ਼ਰਮ ਮੇਰਾ ਦਿਖਾਉਣ ਦੇ ਮੇਰੇ ਵੀਰੋ, ਧੰਨਵਾਦ ਆ ਮੇਹਰ ਵੀਰਾਂ ਦੇ ਵਿੱਚ ਜਿਹੜੀ ਆਪਣੀ ਵੱਡੀਆਂ ਸਮਾਵਾਂ ਧੁੱਪ ਦੇ ਵਿੱਚ ਨਿਭਾ ਰਿਹਾ। ਲਓ ਜੀ ਹਾਂਜੀ
ਨੋ ਬਾਲਾ ਤੇ ਫ੍ਰੀ ਹਿੱਟ ਤੇ ਇਸ਼ਾਰੇ ਕਰ ਦਿੱਤੇ ਜਾਂ ਨੋ ਬਾਲਾ ਫ੍ਰੀ ਹਿੱਟ ਤੇ ਵਾਧੂ ਰਾਤ ਤੇ ਵਾਧੂ ਬਾਲ ਜੁੜ ਚੁੱਕੀ ਹੈ ਉਸ ਵੇਲੇ ਖੇਡ ਮੈਦਾਨ ਵਿੱਚ ਮੁੰਡਾ ਪਾਉਣ ਲੱਗ ਪਿਆ ਧਰਮ ਤਿਆਰ ਕਰ ਵਿਸ਼ਾਲ ਦੀ ਬਾਲ ਤੇ ਅਭਿਸ਼ੇਕ ਨੇ ਸਾਹਮਣਾ ਕਰਨਾ ਅਭਿਸ਼ੇਕ ਖਿੱਚੋ ਤਿਆਰੀ ਮੁੰਡਿਆ ਨੌਜਵਾਨਾਂ ਤਿਆਰੀ ਖਿੱਚੋ ਨੌਜਵਾਨ ਤਿਆਰੀ ਖਿੱਚੋ ਆ ਬੋਲਾ ਤੋੜ ਨਹੀਂ ਆ ਬੋਲਾ ਬਾਹਰ ਚਾਹੀਦੀ ਹੈ ਆ ਬੋਲਾ ਬਾਹਰ ਚਾਹੀਦੀ ਹੈ ਬਾਉਂਡਰੀ ਤੋਂ ਬਾਹਰ ਚਾਹੀਦੀ ਹੈ ਨੌਜਵਾਨ ਆ ਬੋਲਾ ਬਾਉਂਡਰੀ ਤੋਂ ਬਾਹਰ ਚਾਹੀਦੀ ਹੈ ਹਰ ਗੱਲਾਂ ਟਿਕਾਣੇ ਲੱਗ ਜਿਹੜੇ ਜਿਹੜੇ ਹਿਸਾਬ ਦਾ ਸਮੀ ਨੇ ਬਾਕੀ ਜਿੱਥੇ ਤੱਕ ਦੁਨੀਆਂ ਨੇ ਚਾਹੀ ਆ ਉਵੇਂ ਕਰਨਾ ਮੈਡਮ ਉਵੇਂ ਕਰਨਾ ਬੜਾ ਉਵੇਂ ਕਰਨਾ ਲੈਣਾ ਕਿਉਂਕਿ ਅੱਜ ਐਨ ਕਦੇ ਚੰਦਰੇ ਲਾਣਾ ਹੁਣ ਹੱਡੇ ਜਿਹੜੇ ਮੈਚ ਮੇਰੇ ਖੇਡੇ ਜਾ ਰਹੇ ਖੇਡ ਗਰਾਊਂਡ ਵਿੱਚ ਉੱਧਰ ਪੈਂਦੀ ਖੁਦਾਂ ਦੇ ਧਰਮ ਦੇ ਵਾਧੇ ਜਿਹੜੇ ਜ਼ਰੂਰ ਉਹ ਯਕੀਨਨ ਤੌਰ ਤੇ ਹੋਣਗੇ ਇੱਕ ਰਨ ਮੇਰੇ ਵੀਰੋ ਇੱਕ ਰਨ ਜੁੜਨਾ ਨਜ਼ਰ ਆ ਰਿਹਾ ਕਿ ਧੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ ਦੁੱਧ ਦੁੱਧ ਤੇ ਮੱਖਣ ਨਾਲ ਮੱਖਣੀ ਚੌਖੀ ਨਹੀਂ ਹੁੰਦੀ ਕਿ ਚੋਟੀ ਦੇ ਨਾਲ ਟਕਰਾ ਕੇ ਗੁੱਡਲੀ ਵੜਦੀ ਹੁੰਦੀ ਆ ਕਿ ਤੁਰਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਕਿ ਤੁਰਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਬਾਕੀ ਕਹਿੰਦੇ ਤੁਰਕਾ ਫੁੱਟ ਬੋਲ ਦਾ ਸਾਗਰ ਭਰਨਾ ਓਵਰ ਦੀ ਸਮਾਪਤੀ ਤੇ ਦੱਸੀਏ ਬਾਈ ਜੀ 42-43 ਰਨ ਹੋ ਗਏ 43 ਜਿਹੜੇ ਤੇ 3 ਨੰਬਰਾਂ ਦੀ ਸਮਾਪਤੀ ਤੇ ਹੋ ਗਏ ਨੌਜਵਾਨ ਤੇ 3 ਨੰਬਰਾਂ ਦੀ ਸਮਾਪਤੀ ਤੇ ਰਹਿ ਕੇ 12 ਬੋਲਾਂ ਦੇ ਵਿੱਚ ਰਨ 114 ਦਾ ਟਾਰਗੇਟ ਆ ਇਹ ਕਿਸੇ ਗੱਲ ਕਰਕੇ ਬੋਲਦੇ ਆ ਤੇ ਕਿਸੇ ਗੱਲ ਕਰਕੇ ਅਗਲੀਆਂ ਟੀਮਾਂ ਬਾਈ ਜੀ ਤਿਆਰੀ ਖੇਡਣ ਅਗਲੀਆਂ ਟੀਮਾਂ ਕਿਹੜੀਆਂ ਨੇ ਪ੍ਰਬੰਧਕ ਬੁਲਟ ਬੇਨਤੀ ਕਰਦਾ ਅਗਲੀਆਂ ਟੀਮਾਂ ਸਾਡੇ ਕੋਲ ਸੰਪਰਕ ਕਰਨ ਅਗਲੀਆਂ ਟੀਮਾਂ ਸੰਪਰਕ ਕਰਨ ਲਓ ਜੀ ਰਾਹੁਲ ਨੇ ਬੋਲ ਪਾਉਣੀਆਂ ਰਾਹੁਲ ਨੂੰ ਤੇ ਸੁਨੀਲ ਭੱਜ ਨੇ ਸਾਹਮਣਾ ਕਰਨਾ ਲਓ ਜੀ ਰਹਿੰਦੀਆਂ ਬੋਲਾਂ ਵਿੱਚ 12 ਬੋਲ ਅਗਲੀ ਟੀਮ ਰੋਇਲ ਅਵੈਂਜਰਸ ਵਰਸਿਸ ਅਗਲੀ ਟੀਮ ਆ ਰੋਇਲ ਸਟਾਰਸ ਰੋਇਲ ਅਵੈਂਜਰਸ ਤੇ ਰੋਇਲ ਸਟਾਰਸ ਇਹਨਾਂ ਟੀਮਾਂ ਦੇ ਵਿੱਚ ਮੈਚ ਖੇਡੇ ਜਾਣਾ ਇਹ ਟੀਮਾਂ ਸੰਪਰਕ ਕਰਨ ਲਾਈਵ ਸਾਹਮਣੇ ਹੋ ਰਹੇ ਸੀ ਬੱਲੇ ਬੱਲੇ ਕਰਵਾਉਂਦੇ ਆਪਾਂ ਆਲ ਦਫਲ ਸੋਹਣੀ ਬਾਲ ਜਿਹੜੀ ਬੁੱਢੇ ਨੇ ਆਪਣੇ ਖੇਡ ਮੈਦਾਨ ਵਿੱਚ ਪਾ ਦਿੱਤੀ ਆ ਅਗਲਾ ਬੱਲੇਬਾਜ਼ ਬਾਈ ਜੀ ਮੈਂ ਕਿਹਾ ਵਾ ਲਾਗਮਬਾਰ ਦੇ ਕੋਲ ਹੋ ਜਾਵੇ ਲਾਗਮਬਾਰ ਦੇ ਨੇੜੇ ਹੋ ਜਾਵੇ ਅਗਲਾ ਬੱਲੇਬਾਜ਼ ਮੈਂ ਪਹਿਲਾਂ ਬੇਨਤੀ ਕੀਤੀ ਆ ਬੈਟਿੰਗ ਟੀਮ ਦੇ ਖਿਡਾਰੀ ਬਾਈ ਜੀ ਲਾਗਮਬਾਰ ਦੇ ਕੋਲ ਹੋ ਜਾਵੇ ਸਭਾ ਬਚ ਜਾਵੇ ਸਮੇਂ ਦੀ ਸਮੇਂ ਦੀ ਕਦਰ ਕਰੀਏ ਕਿਉਂਕਿ ਸਿਆਣੇ ਕਹਿੰਦੇ ਕਿ ਵਹੀ ਅਰਜੁਨ ਦੇ ਪੀਰ ਵਹੀ ਅਰਜੁਨ ਦੇ ਹੱਥ ਤੂੰ ਸਮੇਂ ਕਾ ਯਾਰੋ ਕਿਆ ਪਤਾ ਵੀ ਸਮਾਂ ਸਮਾਂ ਸਮਰੱਥ ਵੀ ਸਭਾ ਸਭਾ ਸਮਰੱਥ ਸਾਰੀ ਖੇਡ ਸਮੇਂ ਦੀ ਆ ਵੀ ਸਮਾਂ ਕਿਸੇ ਦਾ ਬਚ ਨਹੀਂ ਹੋਇਆ ਸਮਾਂ ਸਮੇਂ ਦੇ ਨਾਲ ਚੱਲੀਏ ਸਮਾਂ ਸਮਾਂ ਸਾਡਾ ਬਹੁਤ ਆ ਕਿਉਂਕਿ ਸਮੇਂ ਉੱਤੇ ਭਾਏਗਾ ਜੀ ਪਤਾ ਲੱਗ ਜੂ ਕਰੋਬ ਹੀ ਬਥੇਰਾ ਮੋਢੇ ਉੱਤੇ ਟੰਗੀਦਾ ਕੋਈ ਬੱਕਰੀ ਦੇ ਕੰਨਾਂ ਵਿੱਚ ਗੱਲ ਪਾ ਦਿਓ ਵੀ ਝਾਜਰਾ ਪਾ ਕੇ ਵੀ ਸ਼ੇਰਾਂ ਕੋਲੋਂ ਲੰਘੀਦਾ ਤੇ ਸੱਪ ਦੇ ਨਿਓਲੇ ਦੀ ਮਸਾਜ ਹੁੰਦੀ ਦਾ ਤੇ 16 ਕਾਂਦੇ ਸੱਚ ਸਿਆਰੇ ਕਹਿੰਦੇ ਨੇ ਵੀ ਜਿਨ੍ਹਾਂ ਦੇ ਗਲਾਂ ਵਿੱਚ ਪੱਟੇ ਮਾਰਸਾ ਅੱਜ ਕੱਲ੍ਹ ਲੱਤਾਂ ਨੂੰ ਉਬਾਲਾ ਪੈਂਦੇ ਨੇ ਤੇ ਜਿਨ੍ਹਾਂ ਦੀਆਂ ਗਲਾਂ ਚ ਨੇ ਪੱਟੇ ਮਾਰਸਾ ਅੱਜ ਕੱਲ੍ਹ ਲੱਤਾਂ ਨੂੰ ਉਬਾਲਾ ਪੈਂਦੇ ਨੇ ਲਓ ਜੀ ਕਰਾਂ ਦੇ ਵਾਧੇ ਰਾਇਲ ਸਟਾਈਕਸ ਦੀ ਟੀਮ ਨੇ ਜੀ ਕੀ ਕਰਨਾ ਟੌਸ ਜਿੱਤ ਕੇ ਰਾਇਲ ਸਟਾਈਕਸ ਦੀ ਟੀਮ ਸਾਡੇ ਕੋਲ ਆਓ ਜੀ ਰਾਇਲ ਸਟਾਈਕਸ ਦੀ ਟੀਮ ਸਾਡੇ ਕੋਲ ਆਓ ਜੀ ਬਾਲਿੰਗ ਕਰਦੀ ਆ ਤੇ ਦੋਨਾਂ ਟੀਮਾਂ ਦੇ ਕਪਤਾਨ ਸਾਡੇ ਕੋਲ ਹੋਣ ਜੀ ਆ ਜਾਓ ਜੀ ਜਲਦੀ ਨਾਲ ਕੈਪਟਨ ਆ ਜਾਓ ਜੀ ਕੈਪਟਨ ਆਓ ਜੀ ਕਪਤਾਨ ਆਵੇ ਜਲਦੀ ਨਾਲ ਲਓ ਸਾਹਮਣੇ ਕਹਿੰਦੇ ਰਾਹੁਲ ਦੇ ਬੱਲਾਂ ਤੇ ਅਭਿਸ਼ੇਕ ਨੇ ਲੱਗਦਾ ਅਭਿਸ਼ੇਕ ਸੁਰੇਸ਼ ਦਾ ਖੜਾ ਨੌਜਵਾਨਾਂ ਪਰ ਰਨ ਨਹੀਂ ਨਿਕਲੇ ਬੱਲੇ ਚੋਂ ਅੱਜ ਰਨ ਨਹੀਂ ਨਿਕਲੇ ਰਨ ਨਹੀਂ ਨਿਕਲੇ ਲੋਕਾਂ ਨੇ ਕਹਿੰਦਾ ਅਭਿਸ਼ੇਕ ਮਾੜਾ ਹੋ ਗਿਆ ਮਾੜਾ ਹੋ ਗਿਆ ਅਭਿਸ਼ੇਕ ਮਾੜਾ ਹੋ ਗਿਆ ਅਭਿਸ਼ੇਕ ਮਾੜਾ ਹੋ ਗਿਆ ਖੇਡ ਦੇ ਮੈਦਾਨ ਵਿੱਚ ਰਨ ਦੇ ਵੱਧ ਹੋਣਗੇ